ਵੀਡੀਓ ਬਣਾਉਂਦਾ ਪਿਆ, ਬਲੌਗ ਬਣਾਉਂਦੇ ਆ, ਕੱਟੋ ਕਹਿੰਦਾ ਕਿੱਦਾਂ ਸਾਰੇ। ਅੱਜ ਦੂਸਰਾ ਬਲੌਗ ਆ, ਪਤਾ ਹੈ ਨਹੀਂ ਕਿੱਦਾਂ ਬਣਾਉਣਾ ਕਿੱਦਾਂ ਨਹੀਂ, ਪਰ ਫਿਰ ਵੀ ਲੱਗੇ ਹਾਂ। ਅੱਜ ਦਾ ਬਲੌਗ ਸ਼ੁਰੂਆਤ ਹੋ ਚੁੱਕੀ ਹੈ 4:15 'ਤੇ ਫਰੈਸ਼ ਹੋ ਕੇ ਹੁਣੇ ਚਾਹ ਚੂਹ ਬਣਾਉਣੀ ਹੈ। ਮੈਂ ਕਿਹਾ ਫੋਨ ਕਰਾਂ ਗੈਰੀ ਨੂੰ, ਅਤੇ ਗੈਰੀ ਨੂੰ ਫੋਨ ਕਰਦੇ ਹਾਂ ਅਤੇ ਕੱਪੜੇ ਕੁੱਪੜੇ ਪਾ ਕੇ ਮਿਲਦੇ ਹਾਂ, ਫਿਰ ਚਾਹ ਬਣਾਉਂਦੇ ਹਾਂ। ਕੱਪੜੇ ਪਾ ਕੇ ਵੀ ਹੋ ਗਏ ਹਾਂ ਰੈਡੀ, ਅਤੇ ਚਾਹ ਇੱਧਰ ਗੈਰੀ ਨੂੰ ਕਰਤਾ ਫੋਨ, ਗੈਰੀ ਆਉਂਦਾ ਹੁਣ ਘਰ, ਫਿਲਹਾਲ ਤਾਂ ਲੱਭ ਨਹੀਂ ਜਾ ਕਿੱਥੇ ਆ ਕਿੱਥੇ ਨਹੀਂ। ਚੱਲ ਬੂਹਾ ਬਾਹ ਖੋਲ੍ਹਾਂ ਮੈਂ ਜਾ ਕੇ, ਅਤੇ ਫਿਰ ਮਿਲਦੇ ਹਾਂ। ਗੈਰੀ ਆ ਗਿਆ ਆ, ਅਤੇ ਚੈਰੀ ਆ ਜਾ ਬਾਹਰ, ਆ ਜਾ ਉਹਦੇ ਕਿੱਦਾਂ। ਮੈਂ ਕਿਹਾ ਦੁੱਧ ਲੈਣ ਜਾਣਾ ਆ, ਕੋਈ ਨਹੀਂ ਚੱਲਦੇ 5 ਵਜੇ ਨਾਲ ਚੱਲਦੇ ਹੈ ਨਾ, ਉਹ 5 ਵਜੇ ਨਾਲ ਚੱਲਦੇ ਹਾਂ। ਚਾਹ ਬਣਾ ਲਈ ਮੈਂ ਤੇ, ਆ ਜਾ ਆਹੋ ਚਾਹ ਬਣਾ, ਕੱਪੜੇ ਕੁੱਪੜੇ ਪਾ ਕੇ ਆਉਂਦਾ ਬਸ। ਚੱਲ ਫਿਰ ਪਾਇਆ ਤੂੰ, ਤੇ ਚੱਲ ਮਿਲਦੇ ਆ ਜਾ। ਗੱਡੀ ਗੈਰੀ ਓਏ ਆਈ ਯਾਰ, ਉਹ ਯਾਰ ਗੱਡੀ ਲਿਆ ਕੇ ਆਉਣੀ ਹੈ। ਆਇਆ ਤਾਏ ਨੇ ਕਿਹਾ ਆ ਗੱਡੀ ਜਿਹੜੀ ਆ ਉਹ ਲੈ ਕੇ ਆਉਣੀ ਆ। ਨਹੀਂ ਕੱਪੜੇ ਚੇਂਜ ਕਰਨ ਲੱਗਾ ਸੀ, ਚੰਗੇ ਮੁਕੇ ਬਾਜ਼ ਮਾਰ ਲਈ ਤੂੰ। ਚੱਲ ਕੋਈ ਨਹੀਂ, ਉਹ ਗੱਡੀ ਆ ਯਾਰ, ਉਹ ਟਰੈਕਟਰ ਕੱਢਣਾ ਹੁਣ ਤਾਂ ਕਰਕੇ ਤੇ ਗੱਡੀ। ਅੱਛਾ ਇੱਥੇ ਲਾ ਦਿੰਦੇ ਹਾਂ ਆਪਣੇ, ਤਾਂ ਇੱਧਰ ਲਾ ਲੈਣੀ ਪੁਰਾਣੇ 'ਚ। ਅੱਛਾ ਅਤੇ ਦੁੱਧ ਲੈਣ ਦਾ ਥੋੜ੍ਹਾ ਟਾਈਮ ਹੋ ਜਾਣਾ, ਅੱਧਾ ਘੰਟਾ ਆ ਗਿਆ। ਚਾਹ ਸੜ ਗਈ ਨਹੀਂ ਗੈਸ 'ਤੇ, ਚਾਹ ਸਾਰਾ ਬਣਾ ਕੇ ਰੱਖਦੀ ਆ, ਮੈਂ ਸੜ ਗਈ ਇੱਥੇ ਬਣਾ ਕੇ ਆਇਆ ਹਾਂ। ਆ ਚੱਲ ਫਿਰ ਗੱਡੀ ਯਾਰ ਹੁਣ ਕੱਢੀਏ ਫਿਰ, ਠੀਕ ਆ। ਚਲੋ ਮਿਲਦੇ ਹਾਂ ਫਿਰ, ਮਿਲਦੇ ਕੀ ਸਾਰਾ, ਗੱਡੀ ਕੱਢੀਏ ਫਿਰ ਬਣਾਉਣੇ ਤੇ ਬਣਾਓ, ਆਪਾਂ ਨੂੰ ਹੁੰਦਾ ਹੈ ਨਹੀਂ ਹੁੰਦਾ, ਚੱਲ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ। ਹੋਰ ਕਦੀ ਨਾ ਕਦੀ ਚੜ੍ਹਨੇ ਗਈ, ਹੋਰ ਉਹ ਸਾਲਾ ਮੀਂਹ ਸਹੀ ਪੈ ਗਿਆ ਹੈ, ਹੋਰ ਤੂੰ ਭੂਆ ਦੇ ਪਿੰਡ ਤਾਂ ਤੇਰੇ ਪਿੰਡ ਮੀਂਹ ਨਹੀਂ ਪੈਣਾ, ਅਤੇ ਹੁਣ ਮੈਂ ਸਾਰਾ ਘੱਟ ਬਾਹਰ ਨਿਕਲਦਾ ਕਿਉਂ। ਸਤਿ ਸ਼੍ਰੀ ਅਕਾਲ ਤਾਇਆ ਜੀ, ਹੋਰ ਸਿਹਤਾਂ ਠੀਕ ਆ? ਬਿਲਕੁਲ ਠੀਕ ਠਾਕ, ਕਿਹਨੂੰ ਦਿਖਾਣ ਦੇ ਆ? ਬਸ ਬਲੌਗ ਬਣਾ ਰਹੇ ਆ ਜੀ। ਲੋ ਆ ਇੱਕ ਆਪਸ ਚ ਹੀ ਹੈ, ਮੈਂ ਕਿਹਾ ਡੈਡੀ ਆ। ਨਾ ਨਾ ਡੈਡੀ ਕਿਤੇ। ਅੱਛਾ ਅੱਛਾ, ਕਿੰਨੇ ਵਜੇ ਮੋਬਾਈਲ ਤੇਰਾ? ਇਹ ਹੁਣ ਤਾਂ ਰੇਟ ਬਹੁਤ ਡਿੱਗ ਗਿਆ। ਕਿੰਨਾ? ਜਦੋਂ ਮੈਂ ਲਿਆ ਸੀਗਾ ਕੁਛ, ਮੈਂ ਤਾਂ 12 ਹੀ ਮੰਗਾਇਆ ਸੀਗਾ ਤਾਏ ਮਾਸੀ ਦੇ ਮੁੰਡੇ ਕੋਲ। ਕਿੰਨੇ ਦਾ ਦਾ? ਡੈਡੀ ਉਹਨਾਂ ਨੇ ਦਿੱਤੇ ਪੈਸੇ। ਆ ਮੋਬਾਈਲ ਮਹਿੰਗਾ ਲੱਗਦਾ, ਮੋਬਾਈਲ ਮਹਿੰਗਾ ਲੱਗਦਾ, ਹੁਣ ਤਾਂ ਅੱਜ ਤੱਕ ਮਹਿੰਗੇ ਆ ਗਏ ਤਾਂ। ਅੱਛਾ ਹਾਂਜੀ, ਇਹ ਕਿੰਨੇ ਕੁ ਦਾ? ਇਹਦਾ ਪ੍ਰਾਈਸ ਹੁਣ ਤਾਂ ਮੈਂ ਦੇਖਿਆ ਹੀ ਨਹੀਂ ਉਹਦਾ, ਮੇਰੇ ਖਿਆਲ ਨਾਲ ਹੁਣ ਜੇ ਤੁਸੀਂ ਲਓਗੇ ਕੋਈ 50,000 ਦਾ ਮਿਲ ਹੀ ਜਾਣਾ, ਜੇ ਸੈਕਿੰਡ ਹੈਂਡ ਲੈਣਾ। ਅੱਛਾ ਹਾਂਜੀ, ਮੈਂ ਤਾਂ ਹੀ ਦੇਖਣ ਦੇ ਮਹਿੰਗਾ। ਉਹ ਗੱਡੀ ਕੱਢਣ ਚੱਲਾ ਸੀਗਾ ਮੈਂ, ਟਰੈਕਟਰ ਲੈ ਕੇ ਆਉਣਾ ਨਾ ਤਾਂ ਕਰਕੇ। ਚੱਲ ਯਾਰ ਗੱਡੀ ਕੱਢੀ ਹੁਣ, ਮਿਲ ਲਿਆ ਤਾਂ ਇਹਨੇ ਵੀ। ਹੋਰ ਉਹ ਫਿਰ ਇੱਦਾਂ ਹੀ ਹੁੰਦਾ ਯਾਰ, ਜੇ ਹੁਣ ਪਿੰਡ 'ਚ ਰਹਿਣਾ ਤਾਂ ਹੈ ਨਹੀਂ, ਇੱਦਾਂ ਹੀ ਹੋਣਾ। ਤਾਲੇ ਤਾਂ ਹਾਫ ਏ, ਥੋੜਾ ਘਟਾ ਦੇ। ਮੈਨੂੰ ਲੱਗਦਾ ਕਿ ਦਿਨ ਦੀ ਗੱਡੀ ਨਹੀਂ ਗੱਡੀ।
ਚੱਲ ਕੱਪੜਾ ਚੱਲ ਆਉਣ ਦੇ ਗੱਡੀ ਮਾਤਾ ਕੋਈ ਇਹਨੂੰ ਭੇਜ ਦੋ ਨਹੀਂ ਤਾਂ ਬਾਜੋ ਕਰਦੇ ਆ ਉਹ ਆ ਜਾ ਯਾਰ ਬਹਿ ਜਾ ਫੇ ਜਾਣਾ ਆਪਾਂ ਉਹ ਆ ਜਾ ਯਾਰ ਚੱਲ ਚੱਲੀ ਗਿਆ ਆਪਾਂ ਇਹਨਾਂ ਨੇ ਨਹੀਂ ਆਉਣਾ ਉਹ ਮੈਂ ਪੇਮੈਂਟ ਦੇਣੀ ਤੇਰੀ ਲੋ ਖੋਲਾਂ ਦੇ ਯਾਰ ਲੋ ਖੋਲ ਕੀ ਕਰਨ ਦੇ ਆ ਕੀ ਆ ਜਾ ਕਰਨ ਪਤਾ ਨਹੀਂ ਕੀ ਦੇ ਆ ਆ ਗਿਆ ਬਈ ਆ ਗਿਆ ਮੇਰੀ ਵੀ ਨਹੀਂ ਹੋਈ ਉਹ ਲੰਦਾ ਲਾ ਲੋਕ ਤਾਂ ਲਾਵੇ ਚੱਲ ਬਈ ਹੋਰ ਆ ਗਿਆ ਓਏ ਤੈਨੂੰ ਛੁੱਟੀਆਂ ਪਈਆਂ ਓਏ ਅੰਦਰ ਹੀ ਪਾੜ ਦਿੰਦੇ ਚੱਲ ਦੇਖਦੇ ਆ ਲੱਗ ਜਾਣੀ ਵਧਾਦੂ ਜਗ੍ਹਾ ਪੈ ਜਾਂਦੀ ਹੈ ਉਹਦੇ ਸ਼ੇਰ ਖੜਾ ਹਟ ਜਾ ਭਰਾਵਾ ਵਾਹ ਉਹਨੂੰ ਵੱਟਾ ਮਾਰ ਕੇ ਤੋੜਿਆ ਸੀ ਨਾ ਲਾਵਣ ਨੇ ਤੋੜਿਆ ਸੀ ਸਾਲੇ ਤੁਹਾਡੇ ਕੋਲ ਫੜ ਨਹੀਂ ਆਇਆ ਬਾਅਦ ਚੋਂ ਫੜਿਆ ਤਾਂ ਹੈਗਾ ਉਹਨੂੰ ਫੇ ਸ਼ਿਬੂ ਨੇ ਫੜਿਆ ਉਹ ਦੰਦੀ ਭੋਰ ਕੇ ਤੋੜ ਗਿਆ ਦੰਦੀ ਭੋਰ ਕੇ ਤੋੜ ਗਿਆ ਕਹਿੰਦਾ ਲੋਕ ਲਾ ਦੇ ਆਪਣੇ ਆਪਣੇ ਠੀਕ ਹੈ ਇਹ ਰਿਮੋਟ ਵਾਲੀ ਹੈ ਨਹੀਂ ਮੈਂ ਕਹਿੰਦਾ ਭੀੜ ਨਹੀਂ ਹੁੰਦੀ ਹੈ ਨਾ ਹੁਣ ਭੀੜ ਆਪਾਂ ਹੁਣ ਲੇਟ ਭੀੜ ਹੁੰਦੀ ਨਹੀਂ ਵਿੱਚ ਮੈਂ ਉਹੀ ਕਹਿੰਦਾ ਮੈਂ ਤਾਂ ਸਾਲਾ ਦੇਖਿਆ ਹੀ ਅੱਜ ਹਾਂ ਅੱਜ ਤਾਂ ਦੇਖਣਾ ਅੱਜ ਹੀ ਗਿਆ ਹੁਣ ਤੂੰ ਅੱਗੇ ਨਹੀਂ ਆਉਣਾ ਰਿਹਾ ਅੱਗੇ ਆਉਣਾ ਰਿਹਾ ਅੱਗੇ ਪਹਿਲਾਂ ਕਿੰਨੀ ਭੀੜ ਹੁੰਦੀ ਹੁਣ ਤਾਂ ਹੁੰਦੀ ਨਹੀਂ ਹਾਂ ਸੱਚੀ ਨਹੀਂ ਹੁੰਦੀ ਹੈ ਨਾ ਚਲੋ ਨਹੀਂ ਤਾਂ ਨਾ ਸਹੀ ਭੀੜ ਤਾਂ ਗਈ ਆ ਵਧੀਆ ਗੱਲ ਹੈ ਜ਼ਿਆਦਾ ਭੀੜ ਲਿਖਣਾ ਪਸੰਦ ਵੀ ਨਹੀਂ ਭੀੜ ਪਤਾ ਕਿੱਥੇ ਹੁੰਦੀ ਜ਼ਿਆਦਾ ਸਸਤੀਆਂ ਚੀਜ਼ਾਂ 'ਚ ਦੁੱਧ ਮਹਿੰਗਾ ਨਾ ਤਾਂ ਕਰਕੇ ਭੀੜ ਨਹੀਂ ਹੁੰਦੀ 50 ਤੋਂ 55 ਰੁਪਏ ਕਿਲੋ ਹੋ ਗਿਆ ਲੀਟਰ ਤਾਂ ਕੀ ਆ ਖੇਤਾਂ 'ਚ ਇੱਧਰ ਕੰਮ ਹੋ ਗਿਆ ਹੋ ਗਿਆ ਨਾ ਇੱਧਰ ਵੀ ਹੋ ਹੀ ਗਿਆ ਯਾਰ ਮਾੜਾ ਹਾਲ ਆ ਦੇਖਦੇ ਹਾਂ ਅੱਗੇ ਆਪਣਾ ਬਚਾ ਹੀ ਆ ਭਰਾਵਾ ਦੇਖਦੇ ਹਾਂ ਕਿਉਂ ਆਪਣਾ ਤਾਂ ਬਚਾ ਹੀ ਆ ਆਪਣਾ ਠੀਕ ਹੈ ਓਹੋ ਘਾਹ ਹੋ ਗਿਆ ਯਾਰ ਵੱਢਦੇ ਪੱਠੇ ਹੈ ਨਾ ਉਹਨਾਂ ਵੱਢ ਲੈਣੇ ਆਪਣੀ ਚੱਲ
ਗਲਤੀ ਹੋ ਗਈ ਯਾਰ, ਸਵੇਰੇ ਵੀ ਬਣਾਉਣਾ ਚਾਹੀਦਾ ਸੀ, ਰਾਤ 12 ਵਜੇ ਬਣਾ ਲੈਣਾ ਸੀਗਾ ਜਿਹੜੇ ਹਨੇਰੀ ਚੱਲ ਰਹੀ ਮੋਟਰਸਾਈਕਲ ਡਿੱਗ ਗਏ ਜਾਣਾ। ਆਹ ਮੋਟਰਸਾਈਕਲ ਦੇ ਦੋਨੇ ਇੰਡੀਕੇਟਰ ਟੁੱਟ ਗਏ, ਦੋਨੇ ਸਾਰੇ ਇੱਕ ਸਾਈਡ ਉੱਡ ਗਏ, ਦੋਨੇ ਟੁੱਟ ਗਏ। ਆਹ ਦੋਨੇ ਹੀ ਟੁੱਟ ਗਏ। ਵਾਕਈ ਕੁਛ ਲਾਈ ਆ, ਉਹਨੂੰ ਕਿਹੜਾ ਪਤਾ ਆ, ਤੇਰਾ ਤਾਂ ਬੁਲਟ ਬਚ ਗਿਆ ਸੀਗਾ, ਟੈਂਕੀ 'ਚ ਪਾਣੀ ਪੈਣਾ ਵੀ ਬਚ ਗਿਆ ਅਜੇ ਤਾਂ। ਮੈਂ ਥੋੜ੍ਹਾ ਸੈੱਟ ਕਰਕੇ ਲਾ ਦਿੱਤਾ ਸੀ ਨਾ, ਤਾਂ ਕਰਕੇ ਬਚਾਅ ਹੋ ਗਿਆ ਆ। ਤੁਸੀਂ ਤਾਂ ਨੇਵਾ ਲਾ ਲਿਆ ਸੀ, ਕਿੰਨਾ ਲਾ ਕੇ ਤੇ ਤੁਸੀਂ ਸੁੱਤੇ ਪਤਾ ਕਿੰਨੀ ਭੁੱਖੀ ਨੇ ਸੀ, ਕਿੰਨੀ ਸ਼ਾਂਤੀ ਜੀ ਨੇ, ਕਿੰਨਾ ਸਕੂਨ ਜਿਹਾ ਆ ਇੱਥੇ। ਸਕੂਨ ਤਾਂ ਫਿਰ ਤੈਨੂੰ ਪਤਾ ਹੁੰਦਾ ਹੀ ਆ, ਜਿੱਥੇ ਦੋ ਘੜੀ ਬਹਿ ਕੇ ਚੱਲਦੇ ਹੈ ਨਾ ਜੀ। ਚੱਲ ਚੱਲੀਏ ਫਿਰ ਮੋਟਰ 'ਤੇ, ਸਾਡੇ ਪਿੰਡ ਲਿੱਦੇ ਆਓ ਆ ਮੋਟਰ ਆ, ਉੱਥੇ ਜਾਣਾ ਹੁੰਦੀ ਆ। ਪਾਇਆ ਛੂਟ ਛਾਟ ਵੀ ਕਰਨਾ, ਕਿੰਨਾ ਕੁ ਡੇਗੀ ਕਿੱਧਰ? ਨਹੀਂ 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 ਡਿੱਗੀ। ਕਿੱਦਾਂ ਦਾ ਲੱਗ ਰਿਹਾ, ਕਿੱਦਾਂ ਜਾ ਕੇ ਸਾਲਾ ਬਹੁਤ ਡਿੱਗੀ ਆ ਤਾਂ। ਸਕੂਟਰੀ ਘੁਮਾ ਕੇ ਦੱਸ ਫਿਰ, ਘੁਮਾ ਕੇ ਦੱਸ, ਦੇਖੀ ਜਾਊਗੀ ਅੱਜ ਜੋ ਹੋਏਗਾ। ਇਹ ਦੇਖ ਲੈ, ਜੇ ਡਿੱਗ ਡੁੱਗ ਗਿਆ ਤਾਂ ਘਰਦਿਆਂ ਨੂੰ ਤੂੰ ਕਹਿਣਾ, ਜੋ ਵੀ ਕਹਿਣਾ, ਮੈਂ ਕੁਛ ਨਹੀਂ ਕਹਿਣਾ। ਮੈਂ ਕਹਿਣਾ ਆਹ ਵੀਡੀਓ ਬਣੇ ਨਹੀਂ ਦੇਈ, ਆਪਾਂ ਪਤਾ ਲੱਗ ਜਾਣਾ ਵੀਡੀਓ ਬਣਦੀ ਪਈ ਹੈ। ਕੋਈ ਨਹੀਂ, ਪਰੂਫ ਹੈਗਾ ਮੇਰੇ ਕਹੇ, ਤਾਂ ਮੈਂ ਕਹਾਂ ਤੈਨੂੰ ਖੂਹ 'ਚ ਚੜੀ ਮਾਰ ਦੇ ਤਾਂ ਮਾਰ ਦੇਗਾ। ਘੁਮਾ ਹੁਣ, ਉਹ ਟਾਇਰ ਨਹੀਂ ਘੁਮਾਉਣਾ, ਸਕੂਟਰੀ ਘੁਮਾਉਣੀ ਹੈ ਤੇ ਤਾਂ ਟਾਇਰ ਘੁਮਾਈ ਜਾਂਦੇ ਆ। ਉਹ ਦੇਖੀ ਉਹਦੇ ਖੱਡੇ ਪਾ ਤੇ ਉੱਥੇ, ਤੈਨੂੰ ਸਕੂਟਰੀ ਘੁਮਾਉਣ ਨੂੰ ਗਿਆ, ਲੈ ਲੈ ਲੈਣ ਦੇ ਦਿਓ, ਤੇਰੇ ਬਸ ਦੀ ਗੱਲ ਹੈ ਨਹੀਂ, ਇਹ ਰਹਿਣ ਦੇ ਦਿਓ, ਲੈ 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 ਲੈ। ਕੀ ਕਰ ਰਿਹਾ ਹੈ? ਓਏ ਓਏ ਦੇਖੀਂਗੇ, ਸੁੱਖਣਾ ਨਹੀਂ ਮੈਨੂੰ ਵੀ। ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਹੋ, ਆਪਾਂ ਹੁਣ ਕਮਾਦਾਂ ਦੀ ਸਾਈਡ ਤੋਂ ਜਾ ਰਹੇ ਹਾਂ ਤੇ ਜੋ ਆਪਾਂ ਮੇਨ ਗੱਲ ਕਰਨੀ ਹੈ ਕਿ ਉਹ ਤੁਸੀਂ ਜੇ ਦੇਖ ਪਾ ਰਹੇ ਹੋ ਤੇ ਹੋਵੋਗੇ ਕਿ ਉਹ ਪਹਾੜੀਆਂ ਦਾ ਤੇ ਆਹ ਪਹਾੜੀਆਂ ਦਾ ਮੁਕਾਬਲਾ ਚੈੱਕ ਕਰੋ ਯਾਰ, ਅੱਗੇ ਦਰਖਤਾਂ ਮਤਲਬ ਕਿ ਹਾਈਟ ਲੈਂਥ ਚੈੱਕ ਕਰੋ। ਨਹੀਂ ਨਹੀਂ ਲੈਂਥ ਚੈੱਕ ਕਰੋ ਲੈਂਥ ਯਾਰ, ਇੱਕ ਤਾਂ ਖੱਡੇ ਬੜੇ ਇੱਥੇ, ਤੁਹਾਨੂੰ ਕੀ ਲੱਭਣਾ, ਤੁਹਾਨੂੰ ਕੀ ਲੱਭਣਾ। ਦੇਖੋ ਜੇ ਲੱਭਦਾ ਹੋਏਗਾ ਤੇ ਦੇਖਿਓ, ਜਰਾ ਚੈੱਕ ਜ਼ਰੂਰ ਕਰਿਓ ਆਹ ਪਹਾੜੀਆਂ, ਜਿਹੜਾ ਨੀਲਾ ਨੀਲਾ ਲੱਭਦਾ ਇਹ ਪਹਾੜੀਆਂ ਹੀ ਆ, ਹਿਮਾਲਿਆ ਪਰਬਤ ਜਿਹਨੂੰ ਕਹਿੰਦੇ ਤੁਸੀਂ। ਤੇ ਦੇਖੋ ਹਿਮਾਲਿਆ ਪਰਬਤ ਆਏ ਤੇ ਕਮਾ ਦੇ ਤੱਕ ਯਾ ਯਾਰ, ਵੀਡੀਓ ਦਾ ਜ਼ੂਮ ਹੋ ਗਿਆ, ਇੱਕ ਮਿੰਟ ਆਹ ਦੇਖੋ ਛੱਡ ਦੇ ਥੱਲੇ ਨੂੰ, ਛੱਡ ਦੇ 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 ਕਿੱਧਰ ਜਾਂਦਾ ਮਟਕ ਮਟਕ। ਭੱਜਣਾ ਉਹ ਤੇਰੇ ਵਰਗਾ, ਪੂਰਾ ਪੂਰਾ ਤੇਰੇ ਵਰਗਾ, ਨਾ ਨਾ ਤੇਰੇ ਵਰਗਾ ਮੂੰਹ ਮਾਹ ਥੱਲੇ ਦੇਣਾ, ਹਨੇਰੇ ਚ ਲੱਭਦਾ ਵੀ ਨੀ। ਓ ਹੋ ਹੋ ਹੋ, ਇਹ ਆ ਤੇ ਆ ਪੂਰਾ ਸੇਮ ਹੈ, ਘੁੰਮ ਗਿਆ ਸਾਰਾ ਮੋਟਰਸਾਈਕਲ ਆ ਗਿਆ।
ਆਹ ਦੇਖੋ ਬੰਦਾ ਇਹਦੇ ਵਰਗਾ ਪੂਰਾ ਦੇ ਹੁਣ ਮੂੰਹ ਕਦਲ ਕਾ ਆ ਗਿਆ ਤੈਨੂੰ ਯਾਰ ਮੂੰਹ ਸਾਰਾ ਕੈਮਰੇ ਦੀ ਉਹ ਹੋ ਗਈ ਆ ਕੈਪਚਰ ਹੋ ਗਿਆ ਇਹ ਨਾ ਇਹਨੂੰ ਬੋਨ ਵੀ ਤੇ ਡੱਬਾ ਲੈ ਕੇ ਦੇਣਾ ਇਹਨੂੰ ਬੰਦੇ ਨੂੰ ਬੋਨ ਵੀ ਤੇ ਡੱਬਾ ਲੈ ਕੇ ਦੇਣਾ ਠੀਕ ਹੈ ਪੈਸੇ ਇਕੱਠੇ ਕਰੋ ਠੀਕ ਹੈ ਗ੍ਰਾਈ ਕਰਕੇ ਕਰਨੇ ਆ ਬੋਨ ਵੀ ਤੇ ਡੱਬਾ ਲੈ ਕੇ ਦੇਣਾ ਯਾਰ ਇਹਨੂੰ ਤਾਂ ਕਿ ਖਾਣਾ ਜੋ ਡੱਬਾ ਖਾਣਾ ਬੋਨ ਵੀ ਤੇ ਦਾ ਸਤਿ ਸ਼੍ਰੀ ਅੰਕਲ ਜੀ ਹੋਰ ਸੁਣਾਓ ਸਿਹਤਾਂ ਬੂਹਾ ਖੋਲ ਦਿਓ ਕਰੀ ਕੈਮ ਹੈ ਸ਼ਾਮ ਪਈ ਹੈ ਕੈਮ ਤੂੰ ਕਿੱਧਰ ਭੱਜਦਾ ਯਾਰ ਮੋਬਾਈਲ ਚ ਨਾ ਲੱਭਦਾ ਨੀ ਹੈਗਾ ਕੁਛ ਹਨਾ ਚੰਗੀ ਤਰ੍ਹਾਂ ਓਏ ਸ਼ਿਵੂ ਤੂੰ ਗਾਲ ਕੱਢਦਾ ਲਫੇੜਾ ਬਾਜੀ ਲਫੇੜਾ ਬਾਜੀ ਜੇ ਮੈਨੂੰ ਗਾਲ ਕੱਢੇ ਨਾ ਦਾਤੀ ਨਾਲ ਵੜ ਦੂੰਗਾ ਕਾਕਾ ਤੈਨੂੰ ਕੀ ਪਤਾ ਨਾ ਸਿਆਣੇ ਹਾਂ ਕੀ ਗੱਲ ਹੋਈ ਬੀਬੀ ਨੇ ਆਵਾਜ਼ ਮਾਰ ਲਈ ਆਪਣੇ ਮਹੱਲੇ ਜਾ ਓਏ ਓਏ ਚੋਰ ਆ ਜਿਹਨੇ ਉਹ ਬੈਟਰੀਆਂ ਚੋਰੀ ਕਰਦੇ ਉਹ ਦੇ ਹਾਂ ਬੜਿਆ ਕਿੱਥੇ ਸਾਲਾ ਇੱਧਰ ਆਇਆ ਇੱਧਰ ਆਇਆ ਕਾਕਾ ਉਹਦਾ ਤਾਇਆ ਆ ਗਿਆ ਉਹਨੇ ਉਹ ਦੇ ਡਾਂਗ ਫੜੀ ਆ ਉਹਦੇ ਦੇਖੀ ਦਰਵਾਜ਼ੇ ਕਿਤੇ ਖੜਾ ਹੋ ਕੇ ਦੇਖਣ ਦਿਆ ਉਹ ਦੇਖੀ ਚੱਲ ਆ ਯਾਰ ਅੱਜ ਦਾ ਬਲੋਗ ਇੰਨਾ ਹੀ ਕਿੱਦਾਂ ਮਹਾਰਾਜ ਹੋਰ ਅਸਲਾਮ ਵਾਲੇਕੁਮ ਹੋਰ ਸੁਣਾਓ ਸਿਹਤਾਂ ਨੰਗਾ ਜੀ ਟੈਟ ਪੂਰਾ ਸ਼ਾਮ ਪੈ ਗਈ ਯਾਰ ਸ਼ਾਮ ਪੈ ਗਈ ਹੁਣ ਤਾਂ ਟੈਟ ਹੀ ਹੁੰਦਾ ਐਦਾਂ ਕਰੀ ਯਾਰ ਰੱਦੀ ਲੈ ਇਹਦੀ ਰੱਦੀ ਵੇਚ ਦੇ ਇਹਦੀ ਜਾ ਓਏ ਓਏ ਉਹ ਮੇਰੀ ਗੱਲ ਸੁਣ ਭੱਲੇ ਖਾਣੇ
ਦੇਖ ਲੈ ਦੇਖ ਲੈ ਸਕੂਲ ਦੀਆਂ ਕਾਪੀਆਂ ਭੇਜ ਦੇ ਉਦੋਂ ਵੀ ਤੁਸੀਂ ਕਿਹੜਾ ਪੜ੍ਹਨਾ ਸਾਰੇ ਛੱਡੋ ਫਿਰ ਨਾ ਕੀ ਤੁਸੀਂ ਪੜ੍ਹਦੇ ਆ ਨਹੀਂ ਤੁਸੀਂ ਪੜ੍ਹਦੇ ਹੈਗੇ ਆ ਹੈਂ ਕਿਹੜੇ ਸਕੂਲ ਪੜ੍ਹਦਾ ਹੈ ਨਾਲ ਤੁਰਿਆ ਮੀਤ ਨਾ ਭਾਜੀ ਸਾਲਿਆਂ ਵਿੱਚ ਦੇਖੀ ਪੱਲੇ ਖਾਣ ਚੱਲੇ ਲੋਕਾਂ ਨੇ ਮੰਗਾਏ ਨਾ ਹੋਰਾਂ ਨੇ ਮੰਗਾਏ ਤੇ ਨਾਲ ਚੱਲੇ ਖਾਣ ਦੋ ਮਿੰਟਾਂ ਕੱਢ ਪੱਲਿਆਂ ਨੂੰ ਦੇ ਨੀ ਆ ਦੇਖ ਰਾਤ ਕੰਮ ਕੀ ਕਰਨ ਦਿਆ ਇਹ ਮੇਰੀ ਗੱਲ ਕੱਲ ਸਕੂਲ ਜਾਣਾ ਸਵੇਰੇ ਕਿੰਨੇ ਵਜੇ ਉੱਠਦਾ ਕਿੰਨੇ ਵਜੇ ਉੱਠਦਾ ਨਾ ਕੇ ਨੀ ਨਾ ਜਾਂਦਾ ਸੱਚੀ ਦੱਸੀ ਨਹੀਂ ਜਾਂਦਾ ਨਾ ਦਿਖਾ ਯਾਰ ਨਹਾਉਂਦਾ ਲੱਗਦਾ ਤੈਨੂੰ ਕਿਹੜੇ ਪਾਸੇ ਲਾ ਨਹਾਉਂਦਾ ਕੱਪੜੇ ਖੋਲ ਨਹਾਉਂਦਾ ਕਿ ਨਹੀਂ ਨਹਾਉਂਦਾ ਕਿਉਂ ਵੀ ਕੱਪੜੇ ਖੋਲ ਚੱਲ ਅੱਜ ਦਾ ਵਲੋਗ ਕਿੰਨਾ ਹੀ ਮਿਲਦੇ ਆ ਕੱਲ ਮਿਲਦੇ ਆ ਠੀਕ ਆ ਕੱਲ ਇਹਨਾਂ ਦੀ ਲਾਨੇ ਬਾਹਰ ਅੱਜ ਥੋੜੀ ਜਿਹੀ ਕਸਰ ਚੱਲਦੀ ਆ ਕੱਲ ਤੇਰੀ ਲੱਤਣੀ ਆ ਕੱਲ ਤੇਰੀ ਲੱਤਣੀ ਆ ਚਲੋ ਚੰਗਾ।